ਜਦੋਂ ਇਹ ਸਾਡਾ ਬੇਟਾ ਨਾ ਮਤਲਬ ਵਿਆਹ ਕੇ ਆਇਆ ਸੀ ਘਰ ਤੇ ਇਹਨੇ ਆਪਣੀ ਪੱਗ ਲਾਈ ਸੀ ਤੇ ਉਹ ਹਰਨਾਜ ਦੀ ਝੋਲੀ ਵਿੱਚ ਰੱਖੀ ਸੀ ਤੇ ਮਤਲਬ ਉਸ ਟਾਈਮ ਮਤਲਬ ਸਾਡੇ ਮਨ 'ਚ ਸੀ ਵੀ ਜਿੱਦਾਂ ਮੇਰੇ ਮਨ ਵਿੱਚ ਆਇਆ ਸੀ ਵੀ ਜਿੱਦਾਂ ਹੁਣ ਪੱਗ ਤੇਰੀ ਝੋਲੀ ਦੀ ਪੱਗ ਦੀ ਇੱਜ਼ਤ ਰੱਖਣੀ ਇਹਨੂੰ ਪੱਗ ਨੂੰ ਬਹੁਤ ਉੱਚਾ ਚੱਕਣਾ ਪਰ ਇਹੋ ਬੇਟੀ ਨੇ ਕਰਕੇ ਦਿਖਾਇਆ ਕੁਝ ਐਹੋ ਜੀਆਂ ਖੁਸ਼ੀਆਂ ਹੁੰਦੀਆਂ ਵੀ ਜਿਹੜੀਆਂ ਨਾ ਮਤਲਬ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹੁਣ ਆਪਾਂ ਜਿੱਧਰ ਵੀ ਜਾਣੇ ਆ ਹਰਨਾਜ ਦਿਤਾਇਆ ਜੀ ਨੇ ਹਰਨਾਜ ਦਿਤਾਇਆ ਜੀ ਇਹ ਹੀ ਇੱਕ ਸਾਡੇ ਪਰਿਵਾਰ 'ਚ ਇਹ ਬੇਟੀ ਆ ਇੱਕ ਹੀ ਬੇਟੀ ਆ ਤੁਪਰ ਬੇਟੀ ਨੇ ਨਾਂ ਰੋਸ਼ਨ ਕਰ ਦਿੱਤਾ ਸਾਡਾ ਸਾਡੇ ਸਾਰੇ ਭਰਾਵਾਂ ਦੀ ਇੱਕ ਹੀ ਭੈਣ ਹੈ ਤੇ ਹੈ ਵੀ ਸਭ ਤੋਂ ਛੋਟੀ ਹੈ ਤੇ ਹੈ ਵੀ ਬਹੁਤ ਲੱਡਲੀ ਹੋ ਪ੍ਰਾਊਡ ਆਫ ਯੂ ਕੈਂਡੀ ਐਨ ਆਮ ਰੀਲੀ ਪ੍ਰਾਊਡ ਆਫ ਯੂ ਮਸੂ ਸੋ ਰਿਹਾ ਬਹੁਤ ਜਿਆਦਾ ਹੀ ਆ ਹਰਨਾਜ ਤਾਂ ਬਹੁਤ ਬੀਬੀ ਬੱਚੀ ਬਹੁਤ ਟਾਈਮ ਸਾਡੇ ਕੋਲ ਰਹਿ ਕੇ ਜਾਂਦੀ ਦੀ ਇਕੱਲੀ ਵੀ ਆਪਣੀ ਮੰਮੀ ਤੋਂ ਬਗੈਰ ਵੀ ਮੇਰੇ ਕੋਲ ਹਫਤਾ ਹਫਤਾ ਇੱਕ ਰਹਿ ਜੀ ਜਾਂਦੀ ਤੇ ਬਹੁਤ ਤਾਈ ਜੀ ਮੈਂ ਤੁਹਾਡੀ ਹੈਲਪ ਕਰਨੀ ਆ ਰਸੋਈ ਚ ਮੈਨੂੰ ਦੱਸੋ ਮੈਂ ਕੀ ਕਰਨਾ ਹੈ ਕੰਮ ਮੈਂ ਤੁਹਾਡੀ ਹੈਲਪ ਕਰੂੰਗੀ ਬਹੁਤ ਬਹੁਤ ਵਧੀਆ ਸੀ ਸਾਡੇ ਨਾਲ ਤਾਂ ਇਹ ਤਾਇਆ ਜੀ ਦਾ ਬੇਟਾ ਇਹਨਾਂ ਦਾ ਜਦੋਂ ਇਹ ਸਾਡਾ ਬੇਟਾ ਨਾ ਮਤਲਬ ਵਿਆਹ ਕੇ ਆਇਆ ਸੀ ਘਰ ਤੇ ਇਹਨੇ ਆਪਣੀ ਪੱਗ ਲਾਈ ਸੀ ਤੇ ਉਹ ਹਰਨਾਜ ਦੀ ਝੋਲੀ ਵਿੱਚ ਰੱਖੀ ਸੀ ਤੇ ਮਤਲਬ ਉਸ ਟਾਈਮ ਮਤਲਬ ਸਾਡੇ ਮਨਚੇ ਸੀ ਵੀ ਜਿੱਦਾਂ ਮੇਰੇ ਮਨ ਵਿੱਚ ਆਇਆ ਸੀ ਜਿੱਦਾਂ ਹੁਣ ਪੱਗ ਤੇਰੀ ਝੋਲੀ ਦੀ ਪੱਗ ਦੀ ਲਾਜ ਰੱਖਣੀ ਇਹਨੂੰ ਪੱਗ ਨੂੰ ਬਹੁਤ ਉੱਚਾ ਚੱਕਣਾ ਪਰ ਉਹ ਬੇਟੀ ਨੇ ਕਰਕੇ ਦਿਖਾਇਆ ਤੇ ਜਿਸ ਦਿਨ ਹੁਣ ਆਈ ਸੀ ਯੂਨੀਵਰਸਲ ਜਿੱਤ ਕੇ ਸਾਡੇ ਘਰ ਤੇ ਉਸ ਦਿਨ ਵੀ ਮਤਲਬ ਮੈਂ ਇਹਨੂੰ ਯਾਦ ਕਰਾਇਆ ਸੀ ਮੈਂ ਕਿਹਾ ਵੀ ਜਦੋਂ ਵੀਰੇ ਨੇ ਤੇਰੇ ਪੱਗ ਰੱਖੀ ਝੋਲੀ 'ਚ ਤਾਂ ਅੱਜ ਤੈਨੂੰ ਉਹਨੇ ਤਾਜ ਵੀ ਵੀ ਮਤਲਬ ਦਿੱਤਾ ਹੈ ਪਹਿਨਾਇਆ ਹੈ ਤਾਂ ਉਹਨੇ ਵੀ ਤਾਜ ਨੂੰ ਵੀ ਇਹਨੂੰ ਤੂੰ ਰੱਖਾ ਕਹਿੰਦੀ ਕਾਈ ਜੀ ਮੈਂ ਜ਼ਰੂਰ ਕਰਕੇ ਦਿਖਾਵਾਂਗੇ ਪਰ ਉਹ ਬੇਟੀ ਨੇ ਕਰਕੇ ਦਿਖਾਤਾ ਸਾਨੂੰ ਮੇਰੇ ਹਸਬੰਦ ਚਾਰ ਬ੍ਰਦਰ ਆ ਤੇ ਚੋਂ ਸਾਰਿਆਂ ਦੇ ਬੇਟੇ ਆ ਤੇ ਇਹ ਹੀ ਇੱਕ ਸਾਡੇ ਪਰਿਵਾਰ ਚੇ ਬੇਟੀ ਆ ਇੱਕ ਹੀ ਬੇਟੀ ਆ ਪਰ ਬੇਟੀ ਨੇ ਨਾਂ ਰੋਸ਼ਨ ਕਰ ਦਿੱਤਾ ਸਾਡਾ ਹਰ ਇੱਕ ਦਿਨ ਨਕਲ ਵੀ ਜੇ ਦੀ ਮਰਜ਼ੀ ਕੋ ਉਹਦੇ ਬੰਦੇ ਨਕਲ ਕਰਕੇ ਦਿਖਾ ਲਦੇ ਤਾਂ ਉਹ ਵੀ ਕਰਕੇ ਦਿਖਾ ਦਿੰਦੀ ਖਾਂ ਚ ਜਦੋਂ ਇੱਥੇ ਸਾਡੇ ਕੋਲ ਆਉਂਦੀ ਸੀ ਬਸ ਦੁੱਧ ਨੂੰ ਜ਼ਿਆਦਾ ਕਰਦੀ ਸੀ ਵੀ ਮੈਂ ਤਾਂ ਇਹ ਦੁੱਧ ਜ਼ਰੂਰ ਪਿੰਡ ਦਾ ਪੀਣਾ ਹੈ ਘਰ ਦਾ ਦੁੱਧ ਬਹੁਤ ਪਸੰਦ ਕਰਦੀ ਸੀ ਤੇ ਰਾਤ ਨੂੰ ਮੈਂ ਦੁੱਧ ਜ਼ਰੂਰ ਪੀਣਾ ਹੈ ਜਿੱਦਣ ਹੁਣ ਵੀ ਆਏ ਸੀ ਉਦੋਂ ਦਿਨ ਵੀ ਕਹਿੰਦੇ ਸੀ ਵੀ ਮੈਂ ਦੁੱਧ ਪੀ ਕੇ ਜਾਣਾ ਹੈ ਰਾਤ ਨੂੰ ਦੁੱਧ ਪੀ ਕੇ ਗਈ ਸੀ ਤੂੰ ਕੁਝ ਐਹੋ ਜੀਆਂ ਖੁਸ਼ੀਆਂ ਹੁੰਦੀਆਂ ਵੀ ਜਿਹੜੀਆਂ ਨਾ ਮਤਲਬ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹਾਂਜੀ ਉਹ ਫਿਰ ਹੈ ਤੇ ਕੱਲ ਤੋਂ ਸੀ ਤੇ ਪੂਰਾ ਹੀ ਡੇ ਸੀ ਵੇਖਣ ਤੇ ਜਿਹੜੇ ਸਵੇਰ ਦੇ ਪਾਲਸੀ ਨਾ ਉਹ ਫਿਰ ਜ਼ਿਆਦਾ ਹੀ ਥੋੜੇ ਜੇ ਇੱਕ ਜਦੋਂ ਇਹ ਸਾਨੂੰ ਪਤਾ ਲੱਗਾ ਤੇ ਇਹ ਖੁਸ਼ੀਆਂ ਦੇ ਹੰਝੂ ਜਿਹੜੇ ਸੀ ਨਾ ਉਹ ਆ ਗਏ ਵੀ ਹਾਂ ਵੀ ਜਿਹੜੇ ਲੋਕ ਸੋਚਿਆ ਨਾ ਕੁਝ ਹੋਵੇ ਇਸ ਕਿਤਾਬ ਤੇ ਹਾਂਜੀ ਤੇ ਇੱਕ ਬੜੀ ਵੱਡੀ ਲੜਕੀ ਨੇ ਇੱਕ ਆਪਣੇ ਲੈਵਲ ਤੇ ਉਹਨੇ ਕੀਤਾ ਆ ਪਰਿਵਾਰ ਚੋਂ ਜਿੱਥੇ کہیں ਇੱਕ ਸਧਾਰਨ ਪਰਿਵਾਰ ਆ ਜਿਹਦੇ ਵਿੱਚ ਕੋਈ ਇਹ ਨਹੀਂ ਕਿ ਉਹਨੂੰ ਕਿਸੇ ਨੇ ਸਪੋਰਟ ਕੀਤੀ ਏ ਉਹ ਜੋ ਵੀ ਜਿੱਥੇ ਵੀ ਹੋਂ ਤੱਕ ਪਹੁੰਚੀ ਏ ਉਹ ਆਪਣੇ ਲੈਵਲ ਤੇ ਕਿਉਂਕਿ ਇਹਦੀ ਮੰਮੀ ਸੀ ਉਹ ਡਾਕਟਰ ਸਨ ਹਾਂਜੀ ਉਹ ਇਹਨੂੰ ਇਹ ਲੈਂਡ ਤੇ ਵੀ ਕਰ ਸਕਦੇ ਸੀ ਜਾਂ ਕਿ ਹੋਰ ਲੈਂਡ ਤੇ ਪਰ ਨਹੀਂ ਉਹਨੇ ਆਪਣੀ ਲੈਂਡ ਖੁਦ ਜਿਹੜੀ ਆ ਉਹਨੇ ਸਾਡੀ ਥੋੜੀ ਜੀ ਸੋਚ ਅਜੇ ਵੀ ਉੱਥੇ ਕੱਢਦੀ ਸੀ ਐਵੇਂ ਤੁਹਾਨੂੰ ਦੱਸੀਏ ਜਿਹੜੀ ਸੱਚੀ ਗੱਲ ਏ ਆ ਕਿ ਮਤਲਬ ਧੀਆ ਨੇ ਤੇ ਇਦਾਂ ਪਰ ਨਹੀਂ ਫਿਰ ਜਿਉਂ-ਜਿਉਂ ਪਤਾ ਲੱਗਿਆ ਨਾ ਇਸ ਲੈਨ ਬਾਰੇ ਤੇ ਫਿਰ ਹੁਣ ਤੇ ਇੱਕ ਗਲੀ ਵੱਖਰੀ ਹੈ ਹੁਣ ਤੇ ਕੋ ਵੱਖਰਾ ਜਿਹਾ ਨਾਮ ਆ ਗਿਆ ਵੱਖਰਾ ਆ ਗਿਆ ਹਾਂ ਬਿਲਕੁਲ ਹੁਣ ਆਪਾਂ ਜਿੱਧਰ ਵੀ ਜਾਣੇ ਆਹਰਨਾਜ ਦਤਾਇਆ ਜੀ ਨੇ ਆਰਨਾਜ ਦਤਾਇਆ ਜੀ ਧਾਰਮਿਕ ਪੱਖ ਮੈਂ ਉਹਨਾਂ ਦਾ ਜਿਹੜਾ ਮੈਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਕਿ ਉਹਨਾਂ ਦੇ ਦਾਦਾ ਜੀ ਦੇ ਭੋਗ ਤੇ ਮੈਨੂੰ ਪ੍ਰੀਤਮ ਸਿੰਘ ਨੇ ਕਿਹਾ ਕਿ ਤੁਹਾਡੀ ਬੇਟੀ ਨੇ ਸ਼ਬਦ ਗਾਇਨ ਕਰਨਾ ਤੇ ਮੈਂ ਇਹ ਛੋਟੀ ਬੇਟੀ ਹੈ ਕਿ ਸ਼ਬਦ ਗਾਇਨ ਕਰ ਸਕੇਗੀ ਇੰਨੀ ਸੰਗਤ ਵਿੱਚ ਤੇ ਉਹਨੇ ਬੜੇ ਕੌਨਫੀਡੈਂਸ ਨਾਲ ਸ਼ਬਦਾਂ ਤਾਂ ਮੈਨੂੰ ਹੁਣ ਯਾਦ ਨਹੀਂ ਰਿਹਾ ਕਿਉਂਕਿ ਬਹੁਤ ਧੀਰ ਦੀ ਗੱਲ ਹੈ ਬੜੇ ਕੌਨਫੀਡੈਂਸ ਨਾਲ ਸ਼ਬਦ ਕੀਰਤਨ ਗੁਰਬਾਣੀ ਦਾ ਗਾਇਨ ਕੀਤਾ ਹੁਣ ਵੀ ਜਦੋਂ ਪਿੱਛੇ ਉਹ ਮਿਸ ਯੂਨੀਵਰਸਲ ਬਣੀ ਹੈ ਤੇ ਸਾਡੇ ਪਿੰਡ ਗੁਰਦਰਾ ਸਾਹਿਬ ਉਹ ਵਿਸ਼ੇਸ਼ ਤੌਰ ਤੇ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਇੱਥੇ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਵਾਸਤੇ ਆਏ ਜਦੋਂ ਹਰਨਾਜ ਦੇ ਬਾਰੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਮੈਂ ਇੱਕਦਮ ਭਾਵਕ ਹੋਇਆ ਕਿ ਸਾਡੇ ਪਰਿਵਾਰ ਦੀ ਬੇਟੀ ਸਾਡੀ ਬੇਟੀ ਇੱਡੇ ਵੱਡੇ ਰੁਤਬੇ ਤੇ ਗਈ ਆ ਸਾਡਾ ਪੰਜਾਬ ਦਾ ਸਾਡਾ ਪਰਿਵਾਰ ਦਾ ਸੱਚੀ ਸਾਸ ਕਰਕੇ ਸਾਡੇ ਪਿੰਡ ਦਾ ਜਿਹੜਾ ਨਾਂ ਰੋਸ਼ਨ ਹੋਇਆ ਉਹ ਸਾਡੇ ਸਾਰੇ ਭਰਾਵਾਂ ਦੀ ਇੱਕ ਹੀ ਭੈਣ ਹੈ ਤੇ ਹੈ ਵੀ ਸਭ ਤੋਂ ਛੋਟੀ ਹੈ ਤੇ ਹੈ ਵੀ ਬਹੁਤ ਲੱਡਲੀ ਹੋ ਹਾਂਜੀ ਤੇ ਬਹੁਤ ਪਿਆਰ ਹੈ ਉਹਦੇ ਨਾਲ ਸਾਰਿਆਂ ਦਾ ਹੀ ਤੇ ਉਹ ਵੀ ਸਭ ਨਾਲ ਬਹੁਤ ਕਰਦੀ ਆ ਉਹਨੇ ਵੀ ਪੂਰੇ ਸਾਡੇ ਵਿਆਹਾਂ ਵਿੱਚ ਪੂਰਾ ਵੱਧ ਚੜ ਕੇ ਗਾਂ ਪੈਣਾ ਆ ਜਿਸ ਤਰ੍ਹਾਂ ਫੰਕਸ਼ਨ ਹੁੰਦੇ ਆ ਉਹ ਸਾਰੇ ਉਹਨੇ ਆਪ ਕੀਤੇ ਨੇ वो बहुत है। उदो भी बहुत खुश थी मैं इसको यही बोल रहा हूँ मैंने अभी भी कमेंट में ये लिखा हुआ है कि प्राउड ऑफ यू कैंडी एंड आई एम रियली प्राउड ऑफ यू हरनास का अभी अभी इतनी बात नहीं हो पाई हमारे से कि वो कब आ रहे हैं तो बट जब भी आएंगे हम उसका बहुत ग्रैंड वेलकम करेंगे बहुत अच्छे से वेलकम करेंगे एंड धूमधाम से वेलकम करेंगे उसका जब वो फाइनल आंसर भी था ना तो उसने ये बोला था कि अपने आप पर यकीन रखो तुम कर सकते हो कुछ भी कर सकते हो किसी की तरफ नहीं देखना तो ये मिसाल हर एक लड़की के लिए भी बहुत बढ़िया है क्योंकि वो खुद ही एक मैसेज दे रही है कि अपने आप पे यकीन रखो